ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਦੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਪਿਆਰੇ ਦਰਸ਼ਕੋ, ਜਦੋਂ ਅਸੀਂ ਕੱਲ੍ਹ ਇੱਕ ਟੋਪਿਕ ਦੱਸਿਆ ਸੀਗਾ ਕਿ ਫਲਾਂ ਨੂੰ ਹਮੇਸ਼ਾ ਖਾਲੀ ਪੇਟ ਹੀ ਖਾਣਾ ਚਾਹੀਦਾ, ਕਿਉਂਕਿ ਜੇ ਅਸੀਂ ਫਲਾਂ ਨੂੰ ਖਾਲੀ ਪੇਟ ਖਾਵਾਂਗੇ ਤਾਂ ਕੈਂਸਰ ਵਰਗੀਆਂ ਬਿਮਾਰੀਆਂ ਵੀ ਦੂਰ ਹੋ ਸਕਦੀਆਂ। ਅੱਜ ਇਸੇ ਹੀ ਅਸੀਂ ਟੋਪਿਕ ਦੇ ਉੱਤੇ ਗੱਲ ਕਰਾਂਗੇ। ਜਦੋਂ ਵੀ ਫਲ ਖਾਣ ਦਾ ਮਤਲਬ ਹੈਗਾ ਸਿਰਫ ਫਲਾਂ ਦਾ ਹੀ ਖਰੀਦਦਾਰੀ ਕਰਨਾ, ਉਹਨਾਂ ਨੂੰ ਕੱਟਣਾ ਅਤੇ ਮੂੰਹ ਦੇ ਵਿੱਚ ਪਾ ਲੈਣਾ, ਚੱਪ ਚੱਪ ਕੇ ਖਾ ਜਾਣਾ, ਅਸੀਂ ਸੋਚਦੇ ਹਾਂ ਇਹ ਹੁੰਦਾ ਫਲ ਖਾਣਾ। ਲੇਕਿਨ ਇਹ ਸਭ ਉਹਨਾਂ ਆਸਾਨ ਨਹੀਂ ਹੈ ਜਿੰਨਾ ਤੁਸੀਂ ਸੋਚਦੇ ਹੋ। ਇਹ ਬਹੁਤ ਜਾਣਨਾ ਮਹੱਤਵਪੂਰਨ ਹੈ ਕਿ ਕਦੋਂ ਅਤੇ ਕਿੱਦਾਂ ਅਸੀਂ ਫਲਾਂ ਦਾ ਸੇਵਨ ਕਰੀਏ, ਸਹੀ ਤਰੀਕਾ ਕੀ ਹੈ ਫਲਾਂ ਨੂੰ ਖਾਣ ਦਾ। ਸੋ ਇਹਦਾ ਮਤਲਬ ਹੈ ਕਿ ਭੋਜਨ ਤੋਂ ਬਾਅਦ ਫਲਾਂ ਦਾ ਸੇਵਨ ਨਾ ਕਰੀਏ। ਫਲਾਂ ਦਾ ਸੇਵਨ ਖਾਲੀ ਪੇਟ ਹੀ ਕਰਨਾ ਸਿਹਤ ਦੇ ਲਈ ਮਹੱਤਵਪੂਰਨ ਹੈਗਾ। ਜੇ ਤੁਸੀਂ ਫਲਾਂ ਦਾ ਸੇਵਨ ਇਸ ਤਰੀਕੇ ਨਾਲ ਕਰੋਗੇ ਤਾਂ ਨਾ ਕੇਵਲ ਤੁਹਾਡੇ ਸਰੀਰ ਦੇ ਵਿੱਚੋਂ ਹਾਰਮਫੁਲ ਟੌਕਸਿਨਸ ਬਾਹਰ ਨਿਕਲਦੇ ਹੈ, ਜ਼ਹਿਰੀਲੀਆਂ ਚੀਜ਼ਾਂ, ਬਲਕਿ ਤੁਹਾਡੇ ਸਰੀਰ ਨੂੰ ਵਜ਼ਨ ਘੱਟ ਕਰਨ ਦੇ ਵਿੱਚ ਅਤੇ ਜੀਵਨ ਨੂੰ ਹੋਰ ਗਤੀਵਿਧੀਆਂ ਦੇ ਲਈ ਬਹੁਤ ਜ਼ਿਆਦਾ ਐਨਰਜੀਜ਼ ਮਿਲ ਸਕਦੀ ਹੈ। ਫਲਾਂ ਦੇ ਸੇਵਨ ਦਾ ਬਹੁਤ ਹੀ ਮਹੱਤਵਪੂਰਨ ਭੋਜਨ ਹੈਗਾ। ਮੰਨ ਲਓ ਕਿ ਤੁਹਾਡੇ 2 ਸਲਾਈਸਿਸ ਤੁਸੀਂ ਫਲਾਂ ਦੇ ਖਾਂਦੇ ਹੋ ਅਤੇ ਉਹਦੇ ਨਾਲ ਨਾਲ ਤੁਸੀਂ ਰੂਟੀਨ 'ਚ ਫਲ ਖਾਂਦੇ ਹੋ। ਫਲਾਂ ਦਾ ਸੇਵਨ ਕਰਨ ਦੇ ਨਾਲ ਇਹਨਾਂ ਦਾ ਗੁੱਦਾ ਜਿਹੜਾ ਹੈਗਾ ਅਤੇ ਰਸ ਹੈਗਾ ਸਿੱਧਾ ਪੇਟ ਦੇ ਵਿੱਚ ਹੋ ਕੇ ਅੰਤੜੀਆਂ ਦੇ ਵਿੱਚ ਜਿਹੜਾ ਜਾਣਾ ਸੀਗਾ ਉਹ ਰੁਕ ਜਾਂਦਾ ਹੈ ਜਦੋਂ ਤੁਸੀਂ ਰੋਟੀ ਖਾਂਦੇ ਹੋ ਫਿਰ ਫਲ ਖਾਂਦੇ ਹੋ। ਸੋ ਜਿੰਨਾ ਵੀ ਫਲਾਂ ਦਾ ਰਸ ਹੈਗਾ ਉਹ ਪ੍ਰੋਪਰਲੀ ਪਹੁੰਚ ਨਹੀਂ ਪਾਉਂਦਾ ਸਰੀਰ 'ਚ, ਸਾਰਾ ਹੀ ਖਾਣਾ ਸੜਦਾ ਜਦੋਂ ਜੈਵਿਕ ਕਿਰਿਆਵਾਂ ਦੇ ਨਾਲ ਤੇਜ਼ਾਬ ਬਣ ਜਾਂਦਾ। ਉਸੇ ਵਕਤ ਹੀ ਫਲ ਪੇਟ ਦੇ ਵਿੱਚ ਖਾਣੇ ਅਤੇ ਪਾਚਕ ਰਸ ਦੇ ਸੰਪਰਕ ਦੇ ਵਿੱਚ ਆ ਕੇ ਸਾਰੀ ਹੀ ਸਮੱਗਰੀ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੰਦਾ। ਇਸ ਲਈ ਫਲ ਖਾਣਾ ਕੋਈ ਫਾਇਦਾ ਨਹੀਂ ਹੁੰਦਾ। ਫਲਾਂ ਦਾ ਸੇਵਨ ਜਿਹੜਾ ਹੈਗਾ ਤੁਸੀਂ ਖਾਲੀ ਪੇਟ ਕਰੋ ਜਾਂ ਖਾਣੇ ਤੋਂ ਪਹਿਲਾਂ ਖਾਓ, ਜਿੰਨਾ ਅੱਛੇ ਰਿਜ਼ਲਟਸ ਮਿਲਦੇ ਆ। ਬਹੁਤ ਸਾਰੇ ਲੋਕ ਸਾਨੂੰ ਸ਼ਿਕਾਇਤ ਕਰਦੇ ਆ ਕਿ ਅਸੀਂ ਜਦੋਂ ਵੀ ਤਰਬੂਜ ਖਾਧਾ ਜਾਂ ਜਦੋਂ ਵੀ ਅਸੀਂ ਜਿੱਦਾਂ ਡੋਰੀਅਨ ਖਾਧਾ ਜਾਂ ਕੇਲਾ ਖਾਧਾ ਸਾਨੂੰ ਫੌਰਨ ਜਿਹੜਾ ਹੈ ਟੋਇਲਟ ਜਾਣਾ ਪਿਆ, ਸਾਡੀ ਤਬੀਅਤ ਖਰਾਬ ਹੋ ਗਈ। ਸੋ ਪਿਆਰੇ ਦਰਸ਼ਕੋ, ਐਸਾ ਜਿਹੜਾ ਹੈਗਾ ਵਾਸਤਵ ਵਿੱਚ ਨਹੀਂ ਹੋਇਆ ਹੋਇਆ, ਕਿਉਂਕਿ ਤੁਸੀਂ ਖਾਲੀ ਪੇਟ ਫਲਾਂ ਦਾ ਜਿਹੜਾ ਤੁਸੀਂ ਸੇਵਨ ਕਰੋ ਅਤੇ ਕਦੀ ਉਹਦੇ ਨਾਲ ਪ੍ਰੋਬਲਮ ਹੋ ਜਾਵੇ, ਨਹੀਂ ਹੋ ਸਕਦਾ। ਫਲਾਂ ਦਾ ਪਦਾਰਥ ਜਿਹੜਾ ਹੈ ਬਾਕੀ ਭੋਜਨ ਦੇ ਨਾਲ ਮਿਲ ਕੇ ਗੈਸ ਪੈਦਾ ਕਰਦੇ ਆ, ਜਿਸ ਕਾਰਨ ਤੁਹਾਡੀ ਦਸ਼ਾ ਜਿਹੜੀ ਹੈ ਬਲੋ ਵਰਗੀ ਕਈ ਵਾਰੀ ਹੋ ਜਾਂਦੀ ਹੈ। ਇਸ ਲਈ ਫਲਾਂ ਨੂੰ ਹਮੇਸ਼ਾ ਹੀ ਖਾਲੀ ਪੇਟ ਖਾਓ। ਬਾਕੀ ਕਿਹੜੇ ਕਿਹੜੇ ਫਲ ਤੁਹਾਡੇ ਲਈ ਤੁਹਾਡੀ ਲਾਈਫ ਦੇ ਵਿੱਚ ਵਧੀਆ ਸਾਬਤ ਹੋ ਸਕਦੇ ਆ, ਕਿਹੜੇ ਕਿਹੜੇ ਬਾਡੀ ਦੇ ਪਾਰਟਸ ਨੂੰ ਜ਼ਿਆਦਾ ਅੱਛਾ ਰਿਜ਼ਲਟ ਦੇ ਸਕਦੇ ਆ, ਉਹਦੇ ਲਈ ਇੱਕ ਵਾਰੀ ਆਪਣੀ ਕੁੰਡਲੀ ਜ਼ਰੂਰ ਚੈੱਕ ਕਰਾ ਦਿਓ। ਫਿਰ ਤੁਸੀਂ ਪ੍ਰੋਪਰ ਫਲਾਂ ਨੂੰ ਖਾ ਕੇ ਆਪਣੀ ਹੈਲਥ ਨੂੰ ਬਹੁਤ ਵਧੀਆ ਬਣਾ ਸਕਦੇ ਹੋ, ਜਿਸ ਕਾਰਨ ਦਵਾਈਆਂ ਦੇ ਉੱਤੇ ਤੁਹਾਡਾ ਘੱਟ ਪੈਸਾ ਖਰਚ ਹੋਵੇਗਾ, ਲਾਈਫ ਤੁਹਾਡੀ ਬਹੁਤ ਵਧੀਆ ਹੋ ਜਾਵੇਗੀ। ਹੁਣ ਸਾਰੇ ਦਰਸ਼ਕ ਨੋਟ ਕਰ ਲਓ ਪਲੀਜ਼ ਕਿ 15 ਤਰੀਕ ਨੂੰ ਜਨਵਰੀ ਨੂੰ ਅਸੀਂ ਆਪਣੇ ਆਫਿਸ ਵਿਸ਼ੇਸ਼ ਤੌਰ 'ਤੇ ਮਕਰ ਸੰਕ੍ਰਾਂਤੀ ਦਾ ਇੱਕ ਹਵਨ ਕਰਵਾਉਣ ਜਾ ਰਹੇ ਹਾਂ। ਸੋ ਜਿਨ੍ਹਾਂ ਨੇ ਵੀ ਬੁਕਿੰਗ ਕਰਵਾਉਣੀ ਹੈ ਸਾਨੂੰ ਕੰਟੈਕਟ ਕਰ ਸਕਦੇ ਹੋ, ਡਿਟੇਲਸ ਤੁਸੀਂ ਸਾਡੀਆਂ ਮੰਗਾ ਸਕਦੇ ਹੋ ਸਾਡੇ ਨੰਬਰ ਵਟਸਐਪ ਨੰਬਰ 9876220533 'ਤੇ, ਕਿ ਉਦਣ ਸੂਰਜ ਦੇਵਤਾ ਦੀ ਵਿਸ਼ੇਸ਼ ਪੂਜਾ ਹੋਏਗੀ ਅਤੇ ਉਹਦੇ ਨਾਲ ਕੀ ਲਾਭ ਹੋ ਸਕਦੇ ਆ ਉਹ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ। ਨਾਲ ਹੀ ਨਾਲ ਤੁਸੀਂ ਵਟਸਐਪ 'ਤੇ ਸਾਨੂੰ ਐਡ ਕਰਨ ਦੇ ਲਈ ਆਪਣਾ ਨਾਮ, ਆਪਣੇ ਸ਼ਹਿਰ ਦਾ ਨਾਮ ਅਤੇ ਕੰਟਰੀ ਦਾ ਨਾਮ ਭੇਜ ਕੇ ਸਾਨੂੰ ਰਿਕੁਐਸਟ ਭੇਜ ਸਕਦੇ ਹੋ ਕਿ ਅਸੀਂ ਤੁਹਾਨੂੰ ਐਡ ਕਰਕੇ ਆਪਣੀ ਬ੍ਰੌਡਕਾਸਟ ਲਿਸਟ ਦੇ ਵਿੱਚ ਤੁਹਾਨੂੰ ਆਪਣੀ ਸਾਰੀ ਜਾਣਕਾਰੀ ਭੇਜਦੇ ਰਹੀਏ। ਅਤੇ ਸਾਰੀ ਜਾਣਕਾਰੀ ਵੈਸੇ ਤੁਸੀਂ ਸਾਡੇ ਅਖਬਾਰ ਵਾਇਸ ਆਫ ਏਸ਼ੀਅਨਸ ਦੇ ਵਿੱਚ ਵੀ ਪੜ੍ਹ ਸਕਦੇ ਹੋ, ਜਿਹਨੂੰ ਮੰਗਵਾਉਣ ਦੇ ਲਈ ਸਿਰਫ 150 ਰੁਪਏ ਦੀ ਸਾਲ ਦੀ ਕੰਟਰੀਬਿਊਸ਼ਨ ਤੁਸੀਂ ਭੇਜ ਸਕਦੇ ਹੋ। ਫਿਰ ਫੇਸਬੁੱਕ 'ਤੇ ਸਾਡੇ ਅਕਾਊਂਟ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਨੂੰ ਵੀ ਤੁਸੀਂ ਲਾਈਕ ਕਰਕੇ ਉੱਥੇ ਪਈ ਜਾਣਕਾਰੀ ਦਾ ਲਾਭ ਉਠਾ ਸਕਦੇ ਹੋ। ਅਤੇ ਪਿਆਰੇ ਦਰਸ਼ਕੋ, ਯੂਟਿਊਬ 'ਤੇ ਸਾਡੇ 990 ਤੋਂ ਜ਼ਿਆਦਾ ਐਪੀਸੋਡਸ ਵੀ ਤੁਹਾਡੀ ਸੇਵਾ 'ਚ ਹਾਜ਼ਰ ਨੇ, ਉਹਨਾਂ ਦਾ ਵੀ ਤੁਸੀਂ ਭਰਪੂਰ ਲਾਭ ਉਠਾ ਸਕਦੇ ਹੋ। ਹੁਣ ਤੁਹਾਨੂੰ ਦੱਸ ਦਈਏ ਜਾਣ ਤੋਂ ਪਹਿਲਾਂ ਤੁਹਾਡਾ ਰਾਸ਼ੀਫਲ, ਜਿੱਦਾਂ ਤੁਹਾਨੂੰ ਸਭ ਤੋਂ ਜ਼ਿਆਦਾ ਇੰਤਜ਼ਾਰ ਰਹਿੰਦਾ। ਮੇਸ਼ ਰਾਸ਼ੀ ਵਾਲੇ ਅਚਾਨਕ ਧਨ ਮਿਲਣ ਦੇ ਨਾਲ ਤੁਹਾਨੂੰ ਬਹੁਤ ਖੁਸ਼ੀ ਹੋ ਸਕਦੀ ਹੈ, ਜਦਕਿ ਵਰਿਸ਼ਠ ਰਾਸ਼ੀ ਵਾਲੇ ਨੌਕਰੀ ਜਾ ਸਕਦੀ ਹੈ। ਬਹੁਤ ਕੇਅਰਫੁਲ ਰਹੀਓ ਅਤੇ ਚਾਵਲ ਜ਼ਰੂਰ ਦਾਨ ਕਰੀਓ। ਮਿਥੁਨ ਰਾਸ਼ੀ ਵਾਲੇ ਕਿਸੇ ਲੰਬੀ ਬਿਮਾਰੀ ਤੋਂ ਅੱਜ ਰਾਹਤ ਮਿਲ ਸਕਦੀ ਹੈ। ਕਰਕ ਰਾਸ਼ੀ ਵਾਲੇ ਆਈਜ਼ ਦੀ ਪ੍ਰੋਬਲਮ ਅੱਜ ਮਹਿਸੂਸ ਹੋ ਸਕਦੀ ਹੈ। ਸਿੰਘ ਰਾਸ਼ੀ ਵਾਲੇ ਜਾਤਕ ਜਿਹੜੇ ਨੇ, ਅੱਜ ਸੈਰ ਐਕਸਰਸਾਈਜ਼ ਵਿਆਮ ਅੱਜ ਤੋਂ ਸ਼ੁਰੂ ਕਰ ਦਿਓ ਤਾਂ ਤੁਸੀਂ ਕੌਨਫੀਡੈਂਸ ਭਰਪੂਰ ਆਏਗਾ, ਸਰੀਰ ਠੀਕ ਰਹਿ ਸਕੇਗਾ। ਕੰਨਿਆ ਰਾਸ਼ੀ ਵਾਲੇ ਧਨ ਜ਼ਿਆਦਾ ਖਰਚ ਹੋਣ ਦੇ ਕਾਰਨ ਅੱਜ ਮਨ ਪਰੇਸ਼ਾਨ ਹੋ ਸਕਦਾ। ਤੁਲਾ ਰਾਸ਼ੀ ਵਾਲਿਆਂ ਦੇ ਲਈ ਦੂਰ ਦੁਰਾਡੇ ਤੋਂ ਚੰਗੇ ਅੱਜ ਔਫਰਸ ਬਿਜ਼ਨਸ ਦੇ ਵਿੱਚ ਆ ਸਕਦੇ ਹੈ। ਵਰਿਸ਼ਚਿਕ ਰਾਸ਼ੀ ਵਾਲੇ ਪਿਆਰ ਅੱਜ ਪ੍ਰਵਾਨ ਚੜ੍ਹ ਸਕਦਾ ਹੈ।
ਧਨੂ ਰਾਸ਼ੀ ਵਾਲਿਆਂ ਦੇ ਲਈ ਨਾਮ ਮਾਨ ਸਨਮਾਨ ਅੱਜ ਬਹੁਤ ਜ਼ਿਆਦਾ ਹੋ ਸਕਦਾ। ਮਕਰ ਰਾਸ਼ੀ ਵਾਲੇ ਅੱਜ ਕਿਸੇ ਦਾ ਕੀਤਾ ਕਰਾਇਆ ਤੁਹਾਨੂੰ ਪਰੇਸ਼ਾਨ ਕਰ ਸਕਦਾ। ਕੁੰਭ ਰਾਸ਼ੀ ਵਾਲੇ ਅੱਜ ਦਾ ਦਿਨ ਜਿਹੜਾ ਥੋੜ੍ਹਾ ਟੈਨਸ਼ਨ ਭਰਿਆ ਹੋ ਸਕਦਾ। ਅਤੇ ਮੀਨ ਰਾਸ਼ੀ ਵਾਲੇ ਜਦ ਤੱਕ ਜਿਹਨਾਂ ਦਾ ਵਿਆਹ ਨਹੀਂ ਹੋਇਆ ਅੱਜ ਗੱਲਬਾਤ ਸਿਰੇ ਚੜ੍ਹ ਸਕਦੀ ਹੈ। ਸੋ ਬਹੁਤ ਸਾਰੇ ਦਰਸ਼ਕ ਪੁੱਛਦੇ ਆ ਕਿ ਸੁਖਵਿੰਦਰ ਜੀ ਅਸੀਂ ਆਪ ਆ ਕੇ ਤੁਹਾਨੂੰ ਟੇਵਾ ਦਿਖਾਉਣਾ ਚਾਹੁੰਦੇ ਹਾਂ, ਘਰ ਦਾ ਵਾਸਤੂ ਕਰਾਉਣਾ ਚਾਹੁੰਦੇ ਹਾਂ, ਜਾਂ ਰਤਨ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਅਤੇ ਇਹਦੇ ਲਈ ਕੋਈ ਸਾਨੂੰ ਟਾਈਮ ਦਿਓ। ਪਿਆਰੇ ਦਰਸ਼ਕੋ, ਤੁਸੀਂ ਸਾਰੇ ਜਾਣੇ ਪਹਿਲਾਂ ਸਾਡੇ ਨੰਬਰਾਂ 'ਤੇ ਕਾਲ ਕਰਕੇ ਸਾਡੇ ਕੋਲ ਅਪੁਆਇੰਟਮੈਂਟ ਲੈ ਕੇ ਆ ਸਕਦੇ ਹੋ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਾਡਾ ਫੋਨ ਨੰਬਰ ਨੋਟ ਕਰ ਲਓ, 9872602533। ਇੱਥੇ ਵਟਸਐਪ ਵੀ ਚੱਲਦਾ ਅਤੇ 9417020533 ਫੋਨ ਨੰਬਰ ਹੈ। ਐਡਰੈਸ ਹੈ 30G ਸਰਾਭਾ ਨਗਰ, ਫਿਰੋਜ਼ਪੁਰ ਰੋਡ, ਲੁਧਿਆਣਾ। ਅਤੇ ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਜਾ ਮਾਂ ਦਾ, ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੂ ਕੇ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ, ਗੁਰੂ ਜੀ ਦਾ ਦੱਸੇ ਹੋਏ ਰਸਤੇ 'ਤੇ ਚੱਲੋ, ਝੂਠ ਨਾ ਬੋਲੋ, ਗਾਲਾਂ ਨਾ ਕੱਢੋ, ਕਿਸੇ ਦਾ ਮਾੜਾ ਨਾ ਕਰੋ, ਤਕਦੀਰ ਬਹੁਤ ਵਧੀਆ ਹੋ ਜਾਊਗੀ। ਤੀਆਂ ਨੂੰ ਕੁੱਖਾਂ 'ਚ ਨਾ ਮਾਰੀਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਈਓ, ਨਸ਼ਿਆਂ ਤੋਂ ਪਰਹੇਜ਼ ਕਰੀਓ, ਦਸਵੰਦ ਕੱਢ ਕੇ ਨੇ ਕੰਮਾਂ 'ਚ ਖਰਚ ਕਰਦੇ ਰਹੀਓ। ਦੇਖੋ ਫਿਰ ਨਜ਼ਾਰੇ ਹੀ ਨਜ਼ਾਰੇ ਹੈ। ਸਭ ਤੋਂ ਇੰਪੋਰਟੈਂਟ ਕਿ ਆਪਣੇ ਹਰ ਜਨਮ ਦਿਨ 'ਤੇ 4 ਫਲਦਾਰ ਬੂਟੇ ਪਬਲਿਕ ਪਲੇਸ 'ਤੇ ਜ਼ਰੂਰ ਲਗਾ ਦਿਆ ਕਰੋ, ਉਹਦੇ ਨਾਲ ਦੇਖੋ ਕਿੰਨੇ ਵਧੀਆ ਸਟਾਰਸ ਹੁੰਦੇ ਆ। ਕੱਲ੍ਹ ਫਿਰ ਮਿਲਦੇ ਹਾਂ, ਨਮਸਕਾਰ।